ਯਾਰ ਚਨਾ ਦਾ ਗਿਆ ਕਿਉਂਕਿ ਸੁਸਾਇਟੀ ਨਗਰ ਦੇ ਚਾਰ ਬੰਦੇ ਉਹ ਉਹਨਾਂ ਦਾ ਉਹਨੇ ਲਹੂ ਪੀਤਾ ਉਹਨਾਂ ਦੀ ਐਫਆਈਆਰ ਨਹੀਂ ਦਰਜ ਹੋਣ ਦਿੱਤੀ ਉਹਨਾਂ ਦਾ ਉਹਨੇ ਮਤਲਬ ਕੇਸ ਐਮਐਲਆਰ ਨਹੀਂ ਕੱਟੀ ਜਾਣ ਦਿੱਤੀ ਤਾਂ ਉਹ ਬੰਦੇ 11 ਬੰਦਿਆਂ ਦਾ ਨਾਮ ਲਿਖ ਕੇ ਆਤਮ ਹੱਤਿਆ ਕਰ ਗਏ ਕਿਉਂਕਿ ਉਹਨਾਂ ਨੂੰ ਧਮਕੀ ਮਿਲ ਰਹੀ ਸੀਗੀ ਵੀ ਤੂੰ ਚੁੱਪ ਕਰਕੇ ਬਹਿ ਜਾ ਨਹੀਂ ਤਾਂ ਤੇਰੀ ਕੁੜੀਆਂ ਨੂੰ ਚੱਕ ਕੇ ਲੈ ਜਾਂਦੇ ਉਹ ਦੋਵੇਂ ਉਹਦੀਆਂ ਅਣਵੇਹੀਆਂ ਕੁੜੀਆਂ ਨੂੰ ਆਪਦੀ ਵਰਦੀ ਸਮੇਤ ਲੈ ਕੇ ਨਹਿਰ 'ਚ ਛਾਲ ਮਾਰ ਗਿਆ ਤੇ ਉਹ ਬੰਦਾ ਉੱਥੇ ਦੀਪ ਲੋਕਰੇ ਦੇ ਨਾਲ ਬੈਠ ਕੇ ਸਾਰਿਆਂ ਦਾ ਉੱਥੇ ਧੰਨਵਾਦ ਕਰ ਰਿਹਾ ਤੇ ਕਹਿ ਰਿਹਾ ਵੀ ਜੀ ਲੰਗਰ ਖਾ ਕੇ ਜਾਇਆ ਜੀ ਜਿਹਦੇ ਤੇ ਐਫ ਆਈ ਆਰ ਦਰਜ ਇੱਕ ਐਮਐਲਏ ਇੱਕ ਐਫ ਆਈ ਆਰ ਦਰਜ ਵਾਲੇ ਬੰਦੇ ਤੇ ਜਿਹਦਾ ਕਿ ਕੇਸ ਵਿੱਚ ਉਹ ਕੇਸ ਦੀ ਵਾਪਸੀ ਵੀ ਨਹੀਂ ਹੋ ਸਕਦੀ ਉਹਨੂੰ ਗ੍ਰਿਫਤਾਰ ਕਰਨ ਦੇ ਬਜਾਏ ਉਹਦੇ ਨਾਲ ਪ੍ਰੋਗਰਾਮ 'ਚ ਸ਼ਾਮਿਲ ਹੋ ਗਿਆ ਤਾਂ ਕਿਵੇਂ ਕਾਨੂੰਨ ਲੱਗੂ ਤੇ ਜੇ ਅਸੀਂ ਇਹੋ ਜਿਹੇ ਐਮਐਲਏ ਚੁਣਾਂਗੇ ਜਿਨ੍ਹਾਂ ਨੂੰ ਸਿਰਫ ਐਮਐਲਏ ਇਸ ਕਰਕੇ ਬਣਦੇ ਵੀ ਉਹਨਾਂ ਨੇ ਆਪਦਾ ਬਿਜ਼ਨਸ ਵਧਾਉਣਾ ਹੈ 1 ਕਰੋੜ ਰੁਪਈਆ ਬਾਦਲ ਨੂੰ ਦੇ ਕੇ ਟਿਕਟ ਲੈਣੀ ਹੈ ਤੇ ਉਸ ਤੋਂ ਬਾਅਦ 2 ਕਰੋੜ ਦੇ ਠੇਕੇ ਲਾਉਣੇ ਆ ਤਾਂ ਫਿਰ ਤਾਂ ਕਾਨੂੰਨ ਨਹੀਂ ਲੱਗੂ ਤੇ ਹੁਣ ਜੇ ਐਤਕੀ ਉਹ ਬਾਹਲੇ ਬਦਨਾਮ ਹੋ ਗਏ ਤੇ ਉਹਨਾਂ ਨੂੰ ਲੱਗਦਾ ਵੀ ਹੁਣ ਅਸੀਂ ਤਾਂ ਜਿੱਤ ਨਹੀਂ ਸਕਣਾ ਤੇ ਉਹਨਾਂ ਨੇ ਕਾਂਗਰਸ ਨਾਲ ਅੰਦਰ ਖਾਤੇ ਰਾਜੀਨਾਮਾ ਕਰ ਲਿਆ ਤੇ ਉਹਨਾਂ ਨੇ ਚੱਕ ਕੇ ਇੱਥੇ ਉਹਦੇ ਟਿਕਟ ਬਦਲ ਕੇ ਬੰਦੀ ਨੂੰ ਦੇ ਦਿੱਤੀ ਤੇ ਉਹ ਹੁਣ ਦੋਵੇਂ ਧੜੇ ਆਪਸ ਵਿੱਚ ਉਲਝੀ ਜਾਂਦੇ ਆ ਇੱਧਰੋਂ ਸਨੀ ਵਿਰਾਟ 6 ਮਹੀਨਿਆਂ ਦਾ ਤੁਰਿਆ ਫਿਰਦਾ ਤੇ ਕਿੱਕੀ ਨੂੰ ਟਿਕਟ ਦੇ ਦੀ ਉਹ ਆਪਸ ਵਿੱਚ ਉਲਝਦੇ ਫਿਰਦੇ ਆ ਆਹੀ ਗੰਦ ਪਈ ਜਾਂਦਾ ਲੋਕਾਂ ਨਾਲ ਕਿਸੇ ਨੂੰ ਕੋਈ ਮਤਲਬ ਨਹੀਂ ਕੋਈ ਕਿਸੇ ਨੂੰ ਕਾਨੂੰਨ ਨਹੀਂ ਦੱਸਦਾ ਕੋਈ ਕਿਸੇ ਨੂੰ ਕਾਨੂੰਨ ਲਾਗੂ ਨਹੀਂ ਕਰਾਉਂਦਾ ਕੋਈ ਜਾਣਕਾਰੀ ਨਹੀਂ ਦਿੰਦਾ ਇਹਨਾਂ ਸਾਰੀਆਂ ਗੱਲਾਂ ਤੋਂ ਅਸੀਂ ਤੰਗ ਹੋ ਕੇ ਤੇ ਸਾਧੂ ਸਿੰਘ 2.5 ਸਾਲ ਦਾ ਜਿੱਤਿਆ ਹੋਇਆ ਸਾਧੂ ਸਿੰਘ ਨੇ ਨੂੰ ਅਸੀਂ ਮਿੰਤਾ ਕਰਕੇ ਥੱਕ ਗਏ ਵੀ 2 ਚਿੱਠੀਆਂ ਪਾ ਦੇ ਮੋਗੇ ਤੇ ਫਰੀਦਕੋਟ ਦੇ ਡੀਸੀ ਨੂੰ ਕਿ ਗ੍ਰਾਮ ਸਭਾ ਦੀਆਂ ਮੀਟਿੰਗ ਕਰਾਓ ਖੇਠੋਂ ਵਰਕਰਾਂ ਤੋਂ ਅਸੀਂ ਆਪੇ ਕੰਮ ਸੰਭਾਲ ਲਈ ਨਹੀਂ ਪਾਈਆਂ ਹੋਈ ਜੇ ਅਸੀਂ ਕਿਹਾ ਵੀ ਆ 82 ਕਰੋੜ ਰੁਪਈਆ ਕਿਸਾਨਾਂ ਦਾ ਖਾਧਾ ਜਾ ਰਿਹਾ ਇਹਦਾ ਬਿਆਨ ਹੀ ਲਵਾ ਦੇ ਇੱਕ ਨਹੀਂ ਇੱਕ ਉਹਨੇ ਈਮੇਲ 5 ਪੁਆਈ ਉਹਨੂੰ ਮੈਂ ਭੇਜਤੀ ਬਣਾ ਕੇ ਉਹਨੇ ਉਹ ਗਾਂ ਨਹੀਂ ਫਾਰਵਰਡ ਕੀਤੀ ਜੇ ਉਹਨੂੰ ਮੈਂ ਲਿਖ ਕੇ ਦੇ ਕੇ ਆਈ ਸਾਰਾ ਕਾਗਜ਼ ਤੇ ਤਾਂ ਉਹਨੇ ਸੰਸਦ ਵਿੱਚ ਨਹੀਂ ਉਹ ਗੱਲ ਰੱਖੀ ਤੇ ਸਾਡਾ ਉਹ 82 ਕਰੋੜ ਰੁਪਈਆ ਪਤਾ ਨਹੀਂ ਕਿਹੜੇ ਖੁੰਝਲ ਦੇ ਵਿੱਚ ਵਰਤ ਕੀਤਾ ਤੇ ਜਿਹੜਾ